ਹਾਂਜੀ ਸਤਿ ਸ੍ਰੀ ਅਕਾਲ ਵੀਰੋ ਤੁਹਾਡਾ ਸਾਰਿਆਂ ਦਾ ਗਰਮੀਤ ਵਾਟ ਚੈਨਲ ਤੇ ਸਵਾਗਤ ਹੈ ਸੋ ਅੱਜ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਜੋ ਕਿ ਐਕਸਪ੍ਰੈਸ ਬੇ ਸੈਨਾ ਭਦੌੜ ਤੋਂ ਮਹਾਲੀ ਨਾਲ ਅਟੈਚ ਕੀਤਾ ਗਿਆ ਸੋ ਇਹਦੇ ਬਾਰੇ ਇਨਫੋਰਮੇਸ਼ਨ ਦਵਾਂਗੇ ਕਦੋਂ ਪੈਸੇ ਪਹਿਣਗੇ ਕੀ ਗੱਲਬਾਤ ਆ ਸਾਰੀ ਜਾਣਕਾਰੀ ਦਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਹਾਂ ਵੀਰੋ ਆ ਤੁਸੀਂ ਬੁਰਜੀ ਦੇਖ ਸਕਦੇ ਹੋ ਤੇ ਆ ਅੱਗੇ ਤਾਂ ਹੁਣ ਜ਼ੂਮ ਕਰਕੇ ਦਿਖਾਉਣਾ ਆਹ ਦੇਖੋ ਇਹ ਸੈਨੇ ਭਦੌੜ ਤੋਂ ਲੈ ਕੇ ਇਹਦੀ ਦੂਜੀ ਦੂਸਰੀ ਬੁਰਜੀ ਉਹ ਖੜੀ ਆ ਸੈਨੇ ਭਦੌੜ ਤੋਂ ਲੈ ਕੇ ਮਹਾਲੀ 에ਅਰਪੋਰਟ ਤੱਕ ਜਿਹੜਾ ਨਵਾਂ ਨੈਸ਼ਨਲ ਹਾਈਵੇ ਜਾਂ ਐਕਸਪ੍ਰੈਸ ਵੇ ਨਿਕਲਿਆ ਹੈ ਸੋ ਇਹ 42 ਕਰਮ ਚੌੜਾ ਹੈ 5.5 ਮਤਲਬ 75 ਇੰਚ ਦੀ ਕਰਮ ਕਹਿ ਲਈਏ 200 ਫੁੱਟ ਇਹਦੀ ਚੜਾਈ ਹੈ ਇਦੀ ਕੁੱਲ ਲੰਬਾਈ ਸਹਨੇ ਪਤੌੜ ਤੋਂ ਲੈ ਕੇ ਮਹਾਲੀ ਤੱਕ 108 ਕਿਲੋਮੀਟਰ ਬਣਦੀ ਆ ਸੋ ਇਹਦਾ ਸਰਵੇ ਚੱਲ ਰਿਹਾ ਹੈ ਹਜੇ ਮਤਲਬ ਆਡਾ ਡਾਪਾਰਟਮੈਂਟ ਜਿਵੇਂ ਕੋਈ ਨਹਿਰੀ ਖਾਲ ਦਾ ਜਾਂ ਕੋਈ ਮਤਲਬ ਆਪਣੇ ਬਣ ਵਿਭਾਗ ਵਾਲੇ ਸਾਰੇ ਸਰਵੇ ਕਰ ਚੁੱਕੇ ਨੇ ਸੋ ਅੱਗੇ ਦੀ ਪੇਮੈਂਟ ਵੀ ਅਨੁਮਾਨ ਲਗਾਇਆ ਜਾਂਦਾ ਵੀ 6 ਮਹੀਨਿਆਂ ਤੱਕ ਹੋ ਜੂਗੀ ਸੋ ਸਾਰੇ ਇਨਫਰਮੇਸ਼ਨ ਤੁਹਾਨੂੰ ਦਵਾਂਗੇ ਜਿਵੇਂ ਜਿਵੇਂ ਦਾ ਕੰਮ ਚੱਲੂਗਾ ਸੋ ਇੱਕ ਗੱਲ ਹੋਰ ਆ ਜਿਹੜੇ ਕਿਸਾਨ ਵੀਰਾਂ ਦੀਆਂ ਜ਼ਮੀਨਾਂ ਇੱਕ ਦੂਜੀ ਸਾਈਡ ਰਹਿ ਗਈਆਂ ਮਨ ਜਿਹਦੇ ਦੋ ਕਿਲੇ ਸੀ ਗੱਭੋਂ ਦੀ ਜੇ ਰੋਡ ਲੰਘਿਆ ਉਹਦਾ ਕਿਲਾ ਉਧਰ ਰਹਿ ਗਿਆ ਕਿਲਾ ਇਧਰ ਰਹਿ ਗਿਆ ਸੋ ਇਹਨਾਂ ਨੇ ਮਤਲਬ ਪਾਈਪ ਲਾਈਨ ਵੀ ਸਹੂਲਤ ਵੀ ਦਿੱਤੀ ਆ ਉਹਦੇ ਪੈਸੇ ਮਤਲਬ ਇਹ ਮਹਿਕਮਾ ਹੀ ਦੇਊਗਾ ਐਨ ਐਚ ਆਈ ਇਹ ਵਾਲਾ ਮਤਲਬ ਜਿੱਤੀ ਜ਼ਮੀਨ ਦੇ ਮਤਲਬ ਦੂਜੇ ਸਾਈਡ ਪਾੜ ਗਈ ਉਹਦੇ ਥੱਲੋ ਜਿਹੜੀ ਪਾਈਪ ਲਾਈਨ ਪੈ ਗਈ ਮਨ ਮੰਨ ਨਾਲੋ ਇਹਦੀ ਚੜਾਈ 200 ਫੁੱਟਾਂ ਤੇ 200 ਫੁੱਟਾਂ ਥੱਲੇ ਜਿੰਨੇ ਵੀ ਪਾਈਪ ਦੱਬੇਗੇ ਉੱਤੇ ਸਾਰਾ ਖਰਚਾ ਆਇਆ ਸੋ ਇਹ ਸਾਰੀ ਰੋਡ ਵਾਲਾ ਮਹਿਕਮਾ ਹੀ ਹੀ ਉਹਦੀ ਮਤਲਬ ਖਰਚਾ ਦੇਊਗਾ ਤੇ ਇੱਕ ਗੱਲ ਹੋਰ ਵੀ ਆ ਤੇ ਜਿਨ੍ਹਾਂ ਦੇ ਮੋਟਰ ਵਾਲੇ ਕੋਠੇ ਬੋਰ ਸਾਰੇ ਮਤਲਬ ਰੋਡ ਵਿੱਚ ਆ ਗਏ ਸੋ ਉਹਨਾਂ ਦੇ ਪੈਸੇ ਅਲੱਗ ਤੋਂ ਮਿਲਣਗੇ ਤੇ ਕਿਹਾ ਜਾਂਦਾ ਹੈ ਵੀ ਬੋਰ ਤੇ ਜੋ ਬੋਰ ਵਿੱਚ ਆਇਆ ਜਿੰਨਾਂ ਦਾ ਉਹਨਾਂ ਦਾ 4 ਤੋਂ 5 ਲੱਖ ਰੁਪਇਆ ਬੋਰ ਦਾ ਦੇ ਰਹੇ ਨੇ ਸੋ ਕੋਠੇ ਦਾ ਲੱਗ ਦੇ ਰਹੇ ਨੇ ਤੇ ਜਿਹੜੇ ਆਲੇ-ਦਲੇ ਬੂਟੇ ਜਾਂ ਦਰਖਤ ਲੱਗੇ ਹੋਣ ਉਹਨਾਂ ਦਾ ਲੱਗ ਦੇ ਰਹੇ ਨੇ ਸੋ ਹਜੇ ਐ ਨਹੀਂ ਪਤਾ ਲੱਗਿਆ ਵੀ ਬੂਟੇ ਦਰਖਤਾਂ ਦਾ ਕਿੰਨਾ ਦੇ ਰਹੇ ਨੇ ਯਾਨੀ ਕਿ ਜਿਹੜਾ ਕਟੜਾ ਐਕਸਪ੍ਰੈਸ ਆਇਆ ਉਹਨਾਂ ਦੇ ਵਿੱਚ ਜਿੰਨਾਂ ਦੇ ਬੋਰ ਆਏ ਉਹਨਾਂ ਦਾ 4 ਤੋਂ 5 ਲੱਖ ਰੁਪਇਆ ਬੋਰਾਂ ਦਾ ਮਿਲਿਆ ਹੈ ਜਿੰਨੀ ਬੋਰ ਦੀ ਢੰਗਾਈ ਹੁੰਦੀ ਹੈ ਉਸ ਹਿਸਾਬ ਨਾਲ ਇਹ ਪੇਮੈਂਟ ਉਹਨੇ ਪਾ ਦਿੰਦੇ ਨੇ ਜਿਵੇਂ ਮੰਨ ਲਓ ਕਿਸੇ ਦਾ 300 ਫੋਟਾ ਕਿਸੇ ਦਾ 400 ਫੋਟਾ 500 ਫੋਟਾ ਉਹ ਹਿਸਾਬ ਨਾਲ ਦੇਖ ਕੇ ਮਤਲਬ ਉਹਦਾ ਅੱਗੇ ਪੇਮੈਂਟ ਕਰ ਦਿੰਦੇ ਆਂ ਹੀ ਕੋਠਿਆਂ ਦਾ ਹਿਸਾਬ ਕਿਤਾਬ ਆ ਜਿਹਦਾ ਲੈਂਟਰ ਤੇ ਕੋਠਾ ਮਤਲਬ ਅੱਗੇ ਇੱਟ ਬਾਲਾ ਪਾਇਆ ਜਾਂ ਚਾਦਰਾਂ ਪਾਈਆਂ ਹੋਈਆਂ ਨੇ ਉਹ ਹਿਸਾਬ ਨਾਲ ਉਹਦੀ ਪਮੈਸ ਕੱਢ ਕੇ ਉਹਨਾਂ ਰੁਪਏ ਉਹਨੂੰ ਪਾ ਦਿੰਦੇ ਆਂ ਅੱਗੇ ਬੂਟਿਆਂ ਦਾ ਮਤਲਬ ਕਿਹੜੇ ਚ ਫਲਦਾਰ ਬੂਟੇ ਕਿੰਨੇ ਨੇ ਦੂਸਰੇ ਕਿੰਨੇ ਨੇ ਸੋ ਆ ਸਾਰੇ ਮਤਲਬ ਕਰਕੇ ਇਹ ਪੈਸੇ ਪਾ ਦਿੰਦੇ ਸੋ ਬਾਕੀ ਹਜੇ ਇਹਨਾਂ ਦਾ ਜ਼ਮੀਨ ਦਾ ਇਹਨਾਂ ਨੇ ਕੋਈ ਰੇਟ ਨਹੀਂ ਫਿਕਸ ਕੀਤਾ ਕਿਉਂਕਿ ਅਵਾਰਡ ਹਜੇ ਜ਼ਮੀਨ ਦਾ ਆਇਆ ਨਹੀਂ ਹੈਗਾ ਸੋ ਜਿਸ ਦਿਨ ਅਵਾਰਡ ਆ ਗਿਆ ਸੋ ਉਹਨੂੰ ਸਾਰੀ ਇਨਫਰਮੇਸ਼ਨ ਇੱਥੇ ਦਵਾਂਗੇ ਸੋ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਦੇਖਣ ਲਈ ਧੰਨਵਾਦ